ਮਾਂ ਕਿਸੇ ਦਾ ਪਿਓ ਦੀ ਸੁਣਦੀ ਮਾਂ ਤਾਂ ਨਾਲ ਜਾਊਂ ਨਹੀਂ ਤਾਂ ਮੈਂ ਆ ਗਈ ਉਹ ਬੇਬੇ ਅੱਜ ਕਿਹੜਾ ਮਤਾ ਪਾਸ ਕਰਾਉਣ ਚੜ ਗਈ ਮੈਨੂੰ ਕੀ ਪੁੱਛਦਾ ਆਪਦੀ ਤੀਵੀਂ ਨੂੰ ਪੁੱਛ ਜਦੋਂ ਕਿਸੇ ਨੇ ਮਕਾਨ ਜਾਣਾ ਹੁੰਦਾ ਮੈਨੂੰ ਚੜਾ ਦਿੰਦੀ ਟਰਾਲੀ ਤੇ ਪਾਸੇ ਬਣਾਉਣ ਨੂੰ ਅੱਜ ਕੁੜੀ ਦੇਖਣ ਜਾਣਾ ਗੱਡੀ ਤੇ ਮਨ ਪੱਕਾ ਪਾਊਡਰ ਲਾ ਕੇ ਤਿਆਰ ਹੋ ਗਈ ਮੈਨੂੰ ਕਹਿੰਦੀ ਤੂੰ ਘਰ ਸਾਂਭ ਕਿਉਂ ਮੈਂ ਠੇਕਾ ਲੈ ਰੱਖਿਆ ਕਰਦਾ ਫਿਰ ਕੀ ਹੋ ਗਿਆ ਬੀਜੀ ਬਜ਼ੁਰਗ ਤੇ ਘਰ ਦਾ ਜਿੰਦਰਾ ਹੁੰਦੇ ਨੇ ਅੱਜ ਨਹੀਂ ਮੈਂ ਟਲਦੀ ਮੈਂ ਤਾਂ ਆ ਗਈ ਓ ਯਾਰ ਇਹਨੂੰ ਕੋਈ ਲਾ ਲਓ ਥੱਲੇ ਮੇਰੇ ਵਿਆਹ ਦੇ ਲੱਡੂ ਵੱਟਣ ਤੋਂ ਪਹਿਲਾਂ ਕਿਤੇ ਇਹਦੇ ਭੋਗ ਦੀਆਂ ਜਲੇਬੀਆਂ ਨਾ ਕੱਢਣੀਆਂ ਪੈ ਜਾਣ ਓ ਇਹਦਾ ਆੜਿਆ ਕੱਢਣ ਨਿਕਲੂਗਾ ਤਾਂ ਹੀ ਕਿਸੇ ਹੋਰ ਦਾ ਨੰਬਰ ਆਊਗਾ ਕੀ ਮਤਲਬ ਤੇਰਾ ਵਾ ਮੇਰਾ ਮਤਲਬ ਜਲਦੀ ਚਲੋ ਆਪਾਂ ਲੇਟ ਹੋ ਰਹੇ ਹਾਂ ਮੇਰੀ ਇੱਕ ਗੱਲ ਸੁਣ ਲਓ ਧਿਆਨ ਨਾਲ ਮੈਂ ਘਰ ਸੁਣਨਾ ਨਹੀਂ ਛੱਡ ਕੇ ਜਾਣਾ ਜਾਂ ਜਾਊਗੀ ਇਹ ਜਾਂ ਜਾਊਂਗੀ ਮੈਂ ਫਿਰ ਤੇਰੀ ਤਾਂ ਨਾ ਹੀ ਸਮਝਾਂ ਹੈ ਐਦਾਂ ਕਿੱਦਾਂ ਨਾ ਮੈਂ ਤਾਂ ਜਾਊਂਗੀ ਇਹ ਨਹੀਂ ਸੀ ਤੇਰੇ ਵਾਰੀ ਮੈਨੂੰ ਵੇਖਣ ਆਈ ਮੇਰੇ ਮੁੰਡੇ ਦਾ ਵਿਆਹ ਵਾ ਆਪਣੀ ਨੂੰਹ ਮੈਂ ਆਪ ਪਸੰਦ ਕਰੂੰ ਮੈਂ ਮੁੰਡੇ ਦੀ ਮਾਂ ਆ ਆ ਜੰਦਰਾ ਮੈਨੂੰ ਸਿਆਣਾ ਲੱਗਦਾ ਹੈ ਬਚੋਲਾ ਸਾਹਿਬ ਆ ਕੀ ਕਰਾ ਲਿਆ ਐਕਚੁਅਲੀ ਜੀ ਪਿਛਲੇ ਹਫ਼ਤੇ ਇੱਕ ਰਿਸ਼ਤਾ ਕਰਾਇਆ ਸੀ ਉਹ ਕੁੜੀ ਵਾਲੇ ਕੜਾ ਥੋੜਾ ਜਿਹਾ ਮੋਟਾ ਪਾ ਗਏ ਜੀ ਉਹਦੇ ਕਰਕੇ ਬਾਂਹ ਖਿੱਚੀ ਗਈ ਚਲੋ ਖੈਰ ਇਹ ਨੇ ਜੀ ਬੋਇਜ਼ ਵਾਲੇ ਤੇ ਇਹ ਨੇ ਗਰਲ ਵਾਲੇ ਦੋਵੇਂ ਪਾਰਟੀਆਂ ਆਮੋ ਸਾਹਮਣੇ ਬੈਠੀਆਂ ਜੇ ਕੋਈ ਡਾਊਟ ਹੈ ਤਾਂ ਕਲੀਅਰ ਕਰ ਲਓ ਮਾਂ ਜੀ ਤੁਸੀਂ ਵੱਡੇ ਹੋ ਤੁਸੀਂ ਸ਼ੁਰੂ ਕਰੋ ਭਾਈ ਮੈਂ ਤਾਂ ਆਉਂਦੀ ਨਹੀਂ ਸੀ ਮੈਂ ਕਿਹਾ ਬੁੱਢੇ ਹੱਡ ਨੂੰ ਕਾਹਨੂੰ ਘੜੀਸਦੇ ਹੋ ਜੋ ਕੁਛ ਕਰੋਗੇ ਤੁਸੀਂ ਠੀਕ ਹੀ ਕਰੋਗੇ ਪਰ ਇਹ ਮੰਨਦੇ ਆ ਧੱਕੇ ਨਾਲ ਲੈ ਆਏ ਮੈਂ ਆ ਗਈ ਅਸੀਂ ਤਾਂ ਬੇਬੇ ਤੋਂ ਬਗੈਰ ਇੱਕ ਪੈਰ ਨਹੀਂ ਪੁੱਟਦੇ ਜੀ ਇਹ ਤਾਂ ਮੈਂ ਹੀ ਅੜ ਗਈ ਜੇ ਬੇਬੇ ਨੇ ਨਹੀਂ ਨਾ ਜਾਣਾ ਫਿਰ ਮੈਂ ਵੀ ਨਹੀਂ ਜਾਣਾ ਸਾਰੇ ਟੱਬਰ ਨੇ ਬੜੀ ਮੁਸ਼ਕਿਲ ਨਾਲ ਥੱਲੇ ਕੱਢ ਕੇ ਕੋਠੇ ਤੋਂ ਲਾਈ ਆ ਸਗੋਂ ਸਾਡੀ ਵੱਡੀ ਬੀਬੀ ਆ ਉਹਨੂੰ ਬੜੀ ਕਾਲੀ ਸੀ ਉਹਨੂੰ ਫਿਰ ਖਿੱਚ ਖਿੱਚ ਕੇ ਗੱਡੀ 'ਚ ਲਾਉਣਾ ਪਿਆ ਜੀ ਨੂੰ ਸਸਤਾ ਕਿੰਨਾ ਪਿਆਰ ਹਾਂ ਸਹੀ ਕਿਹਾ ਜਿਹੜੀ ਆਪਣੀ ਸੱਸ ਨੂੰ ਇੰਨਾ ਪਿਆਰ ਕਰਦੀ ਆ ਆਪਣੀ ਨੂੰਹ ਨੂੰ ਕਿੰਨਾ ਪਿਆਰ ਕਰੂਗੀ ਪਰ ਮੁੰਡੇ ਦੀ ਉਮਰ ਕੁਛ ਜ਼ਿਆਦਾ ਨਹੀਂ ਲੱਗਦੀ ਹੁਣ ਤੱਕ ਤਾਂ ਵਿਆਹ ਵਾਲੇ ਬਾਜੇ ਵੱਜ ਜਾਣੇ ਚਾਹੀਦੇ ਸੀ ਵੈਰੀ ਰਾਈਟ ਵੈਰੀ ਗੁੱਡ ਪੁਆਇੰਟ ਐਕਚੁਅਲੀ ਜਿੰਨੇ ਵੀ ਹੁਣ ਤੱਕ ਮੁੰਡੇ ਨੂੰ ਰਿਸ਼ਤੇ ਆਏ ਨਾ ਜੀ ਕੋਈ ਵਿਆਹ ਦੇ ਵਿੱਚ 10 ਲੈਖ ਦਿੰਦਾ ਸੀ ਕੋਈ 15 ਲੈਖ ਦਿੰਦਾ ਸੀ ਕੋਈ 20 ਲੈਖ ਦਿੰਦਾ ਸੀ ਪਰ ਕਾਕਾ ਜੀ ਕਹਿੰਦੇ ਵਿਆਹ ਉੱਥੇ ਕਰਾਉਣਾ ਜਿੱਥੇ ਕੁੜੀ ਵਾਲੇ ਦਾਜ ਨਾ ਦਿੰਦੇ ਹੋਣ ਵਾਹ ਕਿੱਡੀ ਵਧੀਆ ਸੋਚ ਆ ਕਾਕਾ ਜੀ ਸਮਝੋ ਤੁਸੀਂ ਠੀਕ ਜਗ੍ਹਾ ਬੈਠੇ ਹੋ ਤੁਹਾਡੀ ਭਾਲ ਮੁੱਕ ਗਈ ਨਾ ਤਾਂ ਮੈਂ ਕੁੜੀਆਂ ਦੇ ਵਿਆਹ 'ਚ ਦਾਜ ਦੇਣਾ ਨਾ ਮੈਂ ਆਪਣੇ ਵਿਆਹ 'ਚ ਲਿਆ ਸੀ ਮੈਂ ਤਾਂ ਕਹਿੰਦਾ ਜੀ ਦਾਜ ਦੀ ਗੱਲ ਛੱਡੋ ਮਿਲਦੀ ਵੀ ਸਿਰਫ ਇੱਕ ਦੋ ਕੰਬਲਾਂ ਨਾਲ ਹੋਣੀ ਚਾਹੀਦੀ ਹੈ ਇੱਕ ਪਿਓ ਦੀ ਤੇ ਇੱਕ ਮਾਂ ਦੀ ਕਿਉਂ ਬੇਬੇ ਨਾ ਨਾ ਮਿਲਣੀ ਵਾਲਾ ਕੰਬਲ ਵੀ ਫਿਰ ਦਾਜ ਹੀ ਹੋ ਗਿਆ ਨਾ ਜੀ ਮੈਂ ਤਾਂ ਕਹਿੰਦਾ ਮਿਲਣੀ ਤੇ ਸੁੱਕੀਆਂ ਜੱਫੀਆਂ ਪਵਾਓ ਉਹ ਚੁੱਕਣ ਵਾਲਾ ਕੰਮ ਵੀ ਛੱਡੋ ਫਿਰ ਐਵੇਂ ਵਾਧੂ ਦਾ ਖਰਚਾ ਚੁੱਕਦੇ ਚੁੱਕ ਪੈ ਗਈ ਖਰਚਾ ਤਾਂ ਖੜਾ ਹੋ ਹੀ ਗਿਆ ਹਾਂਜੀ ਫਿਰ ਕੁੜੀ ਵੀ ਰਹਿਣ ਦੋ ਉਹਦੀ ਫੋਟੋ ਕਾਪੀ ਕਰਾ ਕੇ ਲੈ ਜਾਂਦੇ ਇਹਦੇ ਵਾਸਤੇ ਤੇ ਇੱਕ ਗੱਲ ਹੋਰ ਜੇ ਵਿਆਹ ਦੇ ਉੱਤੇ ਆਪਾਂ ਬਰਾਤੀਆਂ ਨੂੰ ਸ਼ਰਾਬ ਸ਼ਰੂਬ ਨਹੀਂ ਦੇਣੀ ਬਸ ਕੀ ਗੱਲ ਬਰਾਤੀ ਸੱਜਣ ਪੀਂਦੇ ਨੇ ਨਹੀਂ ਨਹੀਂ ਸੱਜਣ ਤੇ ਸਗੋਂ ਵਾਧੂ ਪੀ ਜਾਂਦੇ ਜੀ ਫਿਰ ਸਾਹਮਣੇ ਔਖੇ ਹੋ ਜਾਂਦੇ ਇਹ ਬੁੱਕ ਸਾਹਮਣਾ ਕਰ ਛੱਡ ਮੇਰੀ ਘਰ ਅੱਗੇ ਪੈ ਗਿਆ ਸੀਰਤ ਕੁਛ ਕਰ ਕਿਤੇ ਇਹ ਨਾ ਹੋਵੇ ਇਹਨੂੰ ਸਾਰੀ ਉਮਰ ਚੀਚਾ ਜੀ ਕਰਦੀ ਫਿਰੇ ਅੱਛਾ ਇੰਨੀ ਕਾਲੀ ਸੀ ਵਿਆਹ ਦੀ ਕਿ ਮੇਰਾ ਭਾਈਓ ਪੱਟ ਲਿਆ ਮੈਂ ਤਾਂ ਆਪ ਕੁਛ ਕਰ ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਇਹਨੂੰ ਭਾਬੀ ਕਹਿੰਦੇ ਤੇਰਾ ਮੂੰਹ ਥੱਕ ਜੇ ਪਾਪਾ ਬਾਪੂ ਪਾਪਾ ਕਿੰਨੀ ਗੱਲ ਸੁਣਿਓ ਜੀ ਮਾਤਾ ਇੱਕ ਮਿੰਟ ਬੇਟਾ ਇਹ ਆ ਜੀ ਸਾਡੀ ਧੀ ਸਿਮਰਨ ਤੇ ਬੇਟਾ ਇਹ ਆ ਕਾਕਾ ਜੀ ਹਾਂ ਪੁੱਤ ਕੀ ਕਹਿੰਦੀ ਸੀ ਕੁਛ ਨੀ ਪਾਪਾ ਮੈਂ ਤਾਂ ਇਹ ਕਹਿ ਰਹੀ ਸੀ ਜੀਜਾ ਜੀ ਬਹੁਤ ਸੋਹਣੇ ਨੇ ਤੂੰ ਕੁਛ ਕਹਿ ਰਿਹਾ ਸੀ ਕੁਛ ਨੀ ਮੈਂ ਕਹਿੰਦਾ ਸੀ ਭਾਬੀ ਮੈਨੂੰ ਵੀ ਪਸੰਦ ਆ ਕੁੜੀ ਤਾਂ ਬਹੁਤ ਸੋਹਣੀ ਆ ਦੋਵਾਂ ਦੀ ਜੋੜੀ ਬਹੁਤ ਜਚੂਗੀ ਲਓ ਜੀ ਜੇ ਦਾਜ ਤੋਂ ਬਿਨਾਂ ਕੋਈ ਹੋਰ ਮੰਗੇ ਤਾਂ ਉਹ ਵੀ ਦੱਸ ਦਿਓ ਸਾਨੂੰ ਹਾਂਜੀ ਭਾਬੀ ਨੂੰ ਚਿੱਲੀ ਪਨੀਰ ਦਾਲ ਮੱਖਣੀ ਤੇ ਪਨੀਰ ਦਾ ਪਿਆਜ਼ਾ ਆਉਂਦਾ ਹੋਵੇ ਉਹ ਖੜ ਜਾ ਕੁੜੀਏ ਆਪਾਂ ਵਿਆਹ ਕੇ ਲੈ ਕੇ ਜਾਣੀ ਕਿ ਢਾਬੇ ਤੇ ਲਵਾਉਣੀ ਆ ਮੇਰੀ ਤਿੱਕੋ ਮੰਗਿਆ ਕੁੜੀ ਕਦੇ ਮੇਰਾ ਆਖਾ ਨਾ ਮੋੜੇ ਜਿਸ ਘਰ 'ਚ ਨਾ ਸਸਤੀ ਆਪਸ 'ਚ ਬਣਦੀ ਉਹ ਘਰ ਤੇ ਸਵਰਗ ਹੁੰਦੇ ਨੇ ਇਹ ਤਾਂ ਹੈ ਜੀ ਸਾਡੇ ਘਰ ਤਾਂ ਜੀ ਨੂੰ ਸੱਸ ਦਾ ਇੰਨਾ ਪਿਆਰ ਹੈ ਨਾ ਲੋਕ ਸ਼ਾਮ ਦੀ ਰੋਟੀ ਛੱਡ ਕੇ ਕੋਠਿਆਂ ਤੇ ਚੜ ਜਾਂਦੇ ਜੀ ਕਿ ਪਿਆਰ ਸ਼ੁਰੂ ਹੋਣ ਵਾਲਾ ਲੋ ਜੀ ਤੁਹਾਨੂੰ ਮੁੰਡਾ ਪਸੰਦ ਹੈ ਤੇ ਸਾਨੂੰ ਤੁਹਾਡੀ ਕੁੜੀ ਫਿਰ ਦੱਸੋ ਜੀ ਵਿਆਹ ਦੀ ਕਿਹੜੀ ਤਰੀਕ ਰੱਖੀ ਹੈ ਸਾਡੀ ਵੱਲੋਂ ਤਾਂ ਕੱਲ ਦਾ ਧਰ ਲਓ ਅਸੀਂ ਕਿਹੜਾ ਦਾਜ ਜੋੜਨੇ ਦੈਨ ਬਾਏ ਲੇਟ ਉੱਠੋ ਤੇ ਪਾਓ ਜੱਫੀ ਇੱਦਾਂ
ਸਾਰਿਆਂ ਦੇ ਸਾਹਮਣੇ ਜੀ। ਉਹ ਬਹਿ ਜਾ ਓਏ ਬਾਲਿਆ ਤੱਤਿਆ, ਤੈਨੂੰ ਨਹੀਂ ਕੁੜਮਾਂ ਨੂੰ ਕਿਹਾ। ਬੜਾ ਮਜ਼ਾਕੀਆ ਜੀ, ਘਰ ਵੀ ਗੱਲ ਗੱਲ ਤੇ ਜਫੀਆਂ ਪਾਈ ਜਾਂਦੇ, ਨਹੀਂ ਪਤਾ ਲੱਗਦਾ ਕਿਸੇ ਵੇਲੇ। ਲੋਕੋ ਅੱਜ ਨਹੀਂ ਮੈਂ ਵੱਜਦੀ, ਮੈਂ ਤਾਂ ਆ ਗਈ। ਨਾ ਨਾ ਬੇਬੇ, ਐਨਾ ਕਰੀ ਬੇਬੇ, ਪਰਾਂ ਪਰਾਂ ਹੋ ਜਾਓ ਸਾਰੇ, ਮੈਂ ਤਾਂ ਆ ਗਈ। ਜੇ ਮੇਰੇ ਥੱਲੇ ਆ ਕੇ ਕੋਈ ਮਰ ਗਿਆ ਨਾ, ਮੈਨੂੰ ਨਾ ਦੋਸ਼ ਦਿਓ। ਨੀ ਛੇਤੀ ਕਰ, ਲੱਗਦਾ ਅੱਜ ਤਾਂ ਤੂੰ ਸ਼ਵ ਆਸਨ ਕਰਕੇ ਹੀ ਹਟੇਗੀ, ਅੱਜ ਨਹੀਂ ਬਚਦੀ। ਮੈਂ ਬਚਾ ਨਾ ਬਚਾ, ਮੇਰੀ ਨੂੰਹ ਨਹੀਂ ਬਚਣੀ ਚਾਹੀਦੀ, ਜਿਹਦੇ ਕਰਕੇ ਮੈਂ ਛਾਲ ਮਾਰਨ ਲੱਗੀ ਆ। ਨੀ ਜੈ ਵੱਡੀ ਦੀ ਦੇ ਦੇ ਪਾਣੀ ਦੀ ਘੁੱਟ, ਜੇ ਮੈਂ ਮਰ ਗਈ ਤਾਂ ਮੇਰਾ ਖੂਨ ਤੇਰੇ ਨਾਲ ਪੈਜੂ। ਬੇਬੇ ਉਹ ਜਿਵੇਂ ਆ ਪਤੰਗ ਜੀ ਬਣੀ ਖੜੀ ਆ ਨਾ, ਸੱਚੀ ਉਹ ਨਾ ਉੱਡ ਜੀ ਕਿਤੇ। ਉਹ ਇੰਨਾ ਪੰਜਾਬ ਤੇ ਹਰਿਆਣੇ ਦਾ ਆਪਸ ਚ ਪਾਣੀ ਦਾ ਰੌਲਾ ਨੀ, ਜਿੰਨਾ ਤੁਹਾਡਾ ਨੂੰਹ ਸੱਸਦਾ ਆਪਸ ਚ। ਉਹ ਪਤਾ ਤਾਂ ਲੱਗੇ ਹੋ ਕੀ ਗਿਆ। ਪੁੱਤ ਸਵੇਰੇ ਮੈਂ ਡੇਰੇ ਚ ਬਾਬਿਆਂ ਦੀ ਸੇਵਾ ਕਰਕੇ ਆਈ ਤੇ ਆ ਕੇ ਤੇਰੀ ਮਾਂ ਤੋਂ ਪਾਣੀ ਮੰਗਿਆ, ਮੈਨੂੰ ਕਹਿੰਦੀ ਤੂੰ ਆਪ ਨੀ ਪੀ ਸਕਦੀ, ਤੇਰੇ ਕੀ ਗੋਡੇ ਟੁੱਟੇ ਹੋਏ ਨੇ। ਹੁਣ ਮੈਂ ਛਾਲ ਵੀ ਮਾਰੂੰਗੀ, ਗੋਡੇ ਵੀ ਤੜਾਉਂਗੀ, ਪਰ ਪਾਣੀ ਇਹਦੇ ਇੱਥੋਂ ਪੀਊਂਗੀ। ਡੇਰੇ ਚ ਬੂਬਣੇ ਦੀ ਸੇਵਾ ਕਰੀ ਜਾਈ, ਕਦੇ ਸੱਸ ਨੂੰ ਪਾਣੀ ਨਾ ਪੁੱਛੀ। ਮਰ ਛੇਤੀ, ਮਰ ਛੇਤੀ। ਆਏ ਵੇ ਪੁੱਤ ਜੋ ਗਿਆ, ਪਾਣੀ ਪਿੱਛੇ ਤੁਰ ਚੱਲੀ ਤੇਰੀ ਮਾਂ। ਧੀਏ ਤੂੰ ਪਿਆ ਦਿੰਦੀ ਪਾਣੀ, ਡੰਗਰਾਂ ਨੂੰ ਪਿਲਾ ਦੂ ਪਰ ਇਹਨੂੰ ਨੀ ਪਿਲਾਉਂਦੀ। ਇਹਨਾਂ ਤਾਂ ਛਬੀਲ ਦੇ ਵਿੱਚ ਸੰਗਤਾਂ ਨੀ ਪਾਣੀ ਪੀਂਦੀਆਂ ਜਿੰਨਾ ਇਹ ਡੱਫਦੀ ਹੈ। ਪਤਾ ਨੀ ਇਹਦੇ ਅੰਦਰ ਕੀ ਕਿਸ਼ਤੀ ਚੱਲਦੀ ਹੈ। ਦੇਖਾ ਮਾਂ ਵਰਗੀ ਲੁੱਤਰੋ ਕਿਵੇਂ ਗਿੱਠ ਗਿੱਠ ਜਵਾਨ ਚੱਲਦੀ ਹੈ। ਜੇ ਇਹ ਜੀ ਹੈ ਤਾਂ ਹੀ ਤਾਂ ਅਗਲਿਆਂ ਨੇ ਖੋਟੇ ਸਿੱਕਿਆਂ ਨੂੰ ਮੋੜਤੀ। ਮੋੜੀ ਨੀ, ਸੁੱਖ ਨਾਲ ਰੁੱਸ ਕੇ ਆਈ ਆ। ਫੇਰ ਤਾਂ ਭਾਈ ਸਨਮਾਨ ਕਰਨਾ ਬਣਦਾ। ਓ ਮਾਤਾ ਕਾਹਨੂੰ ਕਲੇਸ਼ ਵਧਾਉਣੀ ਹੈ, ਹੋਰ ਨਾ ਕਿਤੇ ਬੇਬੇ ਭੂਤਨੀ ਬਣ ਕੇ ਚੰਬੜ ਜੇ ਤੈਨੂੰ, ਫੇਰ ਜੂ ਬਾਬਿਆਂ ਨੂੰ ਲੱਸੀ ਚੜਾਉਂਦੀ ਫਿਰੇਗੀ। ਆ ਬੇਬੇ ਨੂੰ ਹੀ ਪਾਣੀ ਪਿਆ। ਮੇਰੇ ਤੱਕ ਤਾਂ ਪਹੁੰਚਿਆ ਨੀ, ਲੋਕਾਂ ਦਾ ਸੂਰਜ ਤੱਕ ਪਹੁੰਚ ਜਾਂਦਾ, ਇਹ ਤੇਰੇ ਤੱਕ ਨਾ ਪਹੁੰਚੂ। ਨਾ ਮੇਰੇ ਤੇ ਸੂਰਜ ਚ ਕੋਈ ਫਰਕ ਨੀ ਹੈਗਾ, ਤੂੰ ਸੂਰਜ ਤੋਂ ਵੱਧ ਤਪਦੀ ਆ, ਸੂਰਜ ਵੀ ਸਵੇਰੇ ਤੇਰੇ ਤੋਂ ਅੱਗ ਲੈ ਕੇ ਚੜਦਾ। ਉਹ ਮਾਤਾ ਗੱਲ ਨਾ ਵਧਾ, ਜੇ ਕਿਤੇ ਬੇਬੇ ਮਰ ਗਈ ਨਾ, ਫਿਰ ਪਿਆਸੇ ਕਾਂ ਦੀ ਤਾਂ ਪਿਆਸੀ ਮਾਂ ਦੀਆਂ ਕਹਾਣੀਆਂ ਪੜਿਆ ਕਰਨਗੇ ਨਿਆਣੇ। ਉਹ ਹੁਣ ਤਾਂ ਪਾਣੀ ਨਾ ਸਰ ਜਾਣਾ, ਜੇ ਕਿਤੇ ਬੇਬੇ ਡਿੱਗ ਕੇ ਚੂਲਾ ਤੜਾ ਗਈ ਨਾ, ਜੰਗਲ ਪਾਣੀ ਤੱਕ ਨਾਲ ਜਾਇਆ ਕਰੇਗੀ ਨਾਸਾਂ ਤੇ ਚੁੰਨੀ ਲਪੇਟ ਕੇ। ਉਹ ਮੰਨ ਜਾ ਹੁਣ, ਪਿਆ ਦੇ। ਠੀਕ ਆ, ਪਿਆ ਦਿੰਦੀ ਆ। ਕਿਉਂ ਲਾਤੀ ਨਾ ਪਾਣੀ ਭਰਨ। ਆ ਲੈ ਚੱਕ, ਮੈਂ ਆ ਗਿਆ। ਐਗਲੀ ਰਿਸ਼ਤਾ ਕਰਾਉਣਾ ਮੇਰੇ ਵਾਸਤੇ ਬਿਗ ਜੋਬ ਨਹੀਂ ਹੈਗੀ, ਪਰ ਤੁਸੀਂ ਬਜਟ ਹੀ ਬਹੁਤ ਹਾਈ ਰੱਖੇ ਹੋਏ ਆ। ਪਹਿਲਾਂ ਤੁਸੀਂ ਮੰਗਦੇ ਸੀ 10 ਲੱਖ, ਫਿਰ ਤੁਸੀਂ ਮੰਗਦੇ ਸੀ 8 ਲੱਖ, ਫਿਰ ਤੁਸੀਂ 5 ਲੱਖ ਤੇ ਆ ਗਏ। ਹੁਣ ਦੱਸੋ ਤੁਸੀਂ ਕੀ ਮੰਗਦੇ ਹੋ। ਹੁਣ ਨੀ ਜੀ ਅਸੀਂ ਕੁਛ ਵੀ ਮੰਗਦੇ, ਹੁਣ ਤਾਂ ਸਾਡਾ ਮੁੰਡਾ ਹੀ ਮੰਗਿਆ ਜਾਵੇ ਉਹੀ ਬਹੁਤ ਹੈ ਜੀ। ਦਿਸ ਇਜ਼ ਨਾਟ ਫੇਅਰ। ਐਕਚੁਅਲੀ ਹੁਣ ਤੁਹਾਡੇ ਮੁੰਡੇ ਦੀ ਨਾ ਮੈਰਿਜ ਡੇਟ ਐਕਸਪਾਇਰੀ ਹੋ ਗਈ। ਹਾਂ ਕੋਈ ਡਿਵੋਰਸ ਹੀ ਟੱਕਰੀ ਤਾਂ ਕੋਸ਼ਿਸ਼ ਕਰਾਂਗੇ। ਹਾਂ ਭਾਈ ਸਾਨੂੰ ਇਹੋ ਜਿਹੀ ਕੁੜੀ ਚਾਹੀਦੀ ਹੈ। ਦੇਸੀ ਜੀ? ਉਹ ਦੇਸੀ ਦੀ ਨਹੀਂ, ਛੱਡੀ ਹੋਈ ਦੀ ਗੱਲ ਕਰਦਾ ਬੇਬੇ। ਉਹ ਯਾਰ ਐਂ ਕਿਉਂ ਕਰਦਾ ਬਾਈ, ਮੈਂ ਤੇਰੇ ਛੋਟੇ ਭਾਈ ਵਰਗਾ ਯਾਰ। ਉਹ ਮੇਰਾ ਬੱਬੂ ਕੋਸ਼ਾ, ਲੋਲੀਪੌਪ ਨਾ ਲਿਆਦਾ ਤੈਨੂੰ ਦੁਕਾਨ ਤੋਂ, ਤੇਰੇ ਨਾਲ ਦੇ ਸਿੱਕੇ ਵੀ ਬੰਦ ਹੋ ਗਏ। ਆਈ ਮੀਨ ਟੂ ਸੇ ਕੁਇਨਸ। ਮੰਮੀ ਆਪ ਚੋਲਾ ਕਿਉਂ ਬੁਲਾਇਆ, ਇਹਨੇ ਤਾਂ ਪਹਿਲਾਂ ਮੇਰਾ ਭੱਠਾ ਬਿਠਾਇਆ। ਕੀ ਕਹਿੰਦੀ ਹੈ ਕੁੜੀ? ਇਹ ਕਹਿੰਦੀ ਜੇ ਵਿਚੋਲੇ ਨੂੰ ਛਾਪ ਦੀ ਥਾਂ ਤੇ ਕੜਾ ਪਾ ਦਈਏ ਤੇ ਉਹਦੀ ਮਰੂਤੀ ਨੂੰ ਚਾਂਦੀ ਦੇ ਛੱਲੇ। ਓ ਯੂ ਮੀਨ ਟੂ ਸੇ ਅਲੋਏ, ਫਿਰ ਮੁੰਡਾ ਛੱਡੋ, ਮੁੰਡੇ ਦੇ ਪਿਓ ਨੂੰ ਵੀ ਵਿਆਹ ਦਾਂ। ਆਫ ਕੋਰਸ। ਸ਼ਰਮ ਕਰ ਲੈ, ਤੇਰਾ ਤਾਂ ਪਹਿਲਾਂ ਤਰਸ ਦੇ ਆਧਾਰ ਤੇ ਹੋਇਆ ਸੀ, ਤੇਰੀ ਤਾਂ ਪਹਿਲੀ ਵਾਲੀ ਨੇ ਛਾਲਾਂ ਚਕਾਈਆਂ ਪਈਆਂ। ਆਪਦੀਆਂ ਜਬਲੀਆਂ ਛੱਡੋ ਤੇ ਮੁੰਡੇ ਦੀ ਸੁਣੋ। ਯੂ ਆਰ ਰਾਈਟ, ਐਕਚੁਅਲੀ ਰਿਸ਼ਤਾ ਇੱਕ ਹੋਰ ਵੀ ਹੈ ਮੇਰੇ ਕੋਲੇ, ਪਰ ਉਹ ਦਿੰਦੇ ਕੱਖ ਨਹੀਂ। ਉਹ ਕੁੜੀ ਤਾਂ ਦੇਣਗੇ। ਆਈ ਵਿਲ ਟਰਾਈ ਮਾਈ ਬੈਸਟ। ਕੁੜੀ ਸੋਹਣੀ ਸੁਨੱਖੀ ਹੈ, ਲਿਖੀ ਪੜ੍ਹੀ ਹੈ, ਪਰ ਦਾਜ ਪੱਖੋਂ ਖੜੀ ਹੈ। ਲੋਕ ਮੰਗਦੇ ਨੇ ਦਾਜ, ਕੁੜੀ ਦਾ ਪਿਓ ਕਹਿੰਦਾ ਦਾਜ ਨੈਵਰ। ਓ ਯਾਰ ਦੇਨ ਦੂ ਨੂੰ ਗੋਲੀ ਮਾਰ, ਤੂੰ ਐਂ ਦੱਸ ਕੁੜੀ ਦੀ ਉਮਰ ਕਿੰਨੀ ਕੁ ਹੈ? ਤੇਰੇ ਨਾਲ ਤਾਂ ਛੋਟੀ ਹੋਏ, ਮਿਨੀਮਮ 7-8 ਆਵਰ ਯੰਗਰ। ਅੰਡਰਸਟੈਂਡ? ਲੀਵ ਇਟ, ਬਟ ਡੋਂਟ ਵਰੀ, ਰਿਸ਼ਤਾ ਇਜ਼ ਡਨ। ਪੱਕੀ ਗੱਲ ਹੈ? ਜਮਾ। ਹੁਣ ਐਤ ਕਿੰਨਾ ਮੁੱਕਰੀ ਫਿਰ? ਜੇ ਹੁਣ ਮੁੱਕਰਿਆ ਤੇ ਭਾਵੇਂ ਮੈਂ ਤੇਰੇ ਵਾਲੀ ਦਾ ਤਲਾਕ ਕਰਾ ਕੇ ਨਾ ਵਿਆਹ ਕੇ ਲਿਆਵਾਂ, ਜੱਟ ਵਿਆਹ ਬਿਨਾਂ ਨਹੀਂ ਮੁੜਦਾ ਐਤਕੀ ਫਿਰ। ਹੁਣ ਮੈਂ, ਚਲੋ ਜੀ ਹੋ ਗਈ ਗੱਲ, ਫਿਰ ਕਰੋ ਹੁਣ ਮਿੱਠਾ। ਵਧਾਈਆਂ ਪੁੱਤ, ਸਾਰਿਆਂ ਨੂੰ ਵਧਾਈਆਂ। ਮੰਮੀ ਵੀਰੇ ਦਾ ਵਿਆਹ, ਇੱਕ ਬਲੀ ਤੂੰ ਵੀ ਪਾ ਦੇ। ਨਹੀਂ ਮੰਮੀ ਉੱਠ, ਉਹ ਚੱਲ ਉੱਠ ਉੱਠ, ਇੱਕ ਬਲੀ ਤਾਂ ਪਾਣੀ ਕਹਿੰਦੀ ਹੈ, ਪਾਣੀ ਬਲੀ ਤਾਂ ਪਾਣੀ ਤੋਂ ਵੀ ਚੱਲ। ਚੱਲ ਨਹੀਂ ਨਹੀਂ, ਮੰਮੀ ਨੂੰ ਤਾਂ ਆਉਂਦੀ ਨਹੀਂ, ਕਿਹੜੀ ਬੋਲੀ ਪਾਵਾਂ ਮੈਂ, ਕੋਈ ਵੀ ਪਾ ਦੇ ਮੰਮੀ। ਚੱਲ ਚਾਚੀ, ਬਾਰੀ ਬਰਸੀ ਕੱਟਣ ਗਿਆ ਸੀ, ਬਾਰੀ ਬਰਸੀ ਕੱਟਣ ਗਿਆ ਸੀ, ਕੱਟੇ ਲਿਆਂਦੇ ਚੱਲੇ ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਖਾ ਓਲੇ ਨੀ ਮੈਂ ਸੱਸ ਕੁੱਟਣੀ, ਕੁੱਟਣੀ।
संदूक आ खड़िया मैं ते आ ले आ प्या सोटा कुट कुट के दिखा हूं तू जे तेरे हक च डंडा ना दे दिया आखे मैं सस कुटनी है बीजी मैं तो बोली ही पाई सी बड़ा मैं जानिए तेरे मनसूबे नु माफी दे दे माफी दे दे जे मेरे पोते दा ब्याह ना हुंदा फिर मैं तेनु दस दी वे सस किवें कुटी दी है बोलन तो की देना जय वड्डी दी बोली भी नहीं जरदी। हाय